ਕੱਲ 13 ਅਪ੍ਰੈਲ ਨੂੰ ਖਾਲਸੇਦਾਰ 325ਵਾਂ ਸਿਰਜਣਾ ਦਿਹਾੜਾ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਦੁਨੀਆ ਭਰ ਦੇ ਵਿੱਚ ਵਾਸਤੇ ਸਿੱਖ ਸੰਗਤ ਨੇ ਮਨਾਇਆ ਸੰਗਤਾਂ ਨੇ ਉਤਸ਼ਾਹ ਨਾਲ ਦੁਨੀਆ ਭਰ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸਾਂ ਕੀਤੀਆਂ ਪੰਜਾਬ ਦੇ ਵਿੱਚ ਵੀ ਇਸ ਮੌਕੇ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਘਰਾਂ 'ਚ ਪਹੁੰਚੀ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤ ਦਾ ਹੜ ਆ ਗਿਆ ਗੁਰਬਾਣੀ ਕੀਰਤਨ ਸਰਵਣ ਕਰਨ ਦੇ ਨਾਲ ਨਾਲ ਸੰਗਤ ਨੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸ਼ਰਧਾ ਪ੍ਰਗਟਾਈ ਗੁਰਦੁਆਰਾ ਸ੍ਰੀਮਨਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਸਮਾਗਮ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਰਵਾਏ ਜਿੱਥੇ ਪਿਛਲੇ 1 ਮਹੀਨੇ ਤੋਂ ਹੀ ਲਗਾਤਾਰ ਸੰਗਤ ਦੀ ਆਮਦ ਵਧੀ ਹੋਈ ਸੀ ਤੇ ਵਿਸਾਖੀ ਦੇ 3 ਦਿਨਾਂ ਸਮਾਗਮਾ ਮੌਕੇ ਤਾਂ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਤੱਕ ਜੀ ਦਮਦਮਾ ਸਾਹਿਬ ਵਿਖੇ ਇਹ ਪਾਵਨ ਦਿਹਾੜਾ ਮਨਾਉਣ ਪਹੁੰਚੀਆਂ ਤੱਕ ਜੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਧਾਰਮਿਕ ਸਮਾਗਮਦ ਵਿੱਚ ਐਸ.ਪੀ.ਸੀ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਵੀ ਕਈ ਸ਼ਖਸੀਅਤਾਂ ਨੇ ਇੱਥੇ ਹਾਜ਼ਰੀ ਭਰੀ ਸਿਆਸਦਾਨਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਨਤ ਕੌਰ ਬਾਦਲ, ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਹੋਰ ਵੀ ਕਈ ਸਿਆਸੀ ਲੀਡਰ ਇੱਥੇ ਮੱਥਾ ਟੇਕਣ ਪਹੁੰਚੇ। ਸਮਾਗਮਾਂ ਦੇ ਆਖਰੀ ਦਿਨ ਅੱਜ ਤਕਸ਼ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਕੱਢਿਆ ਜਾਵੇਗਾ। ਇਸ ਮੌਕੇ ਨਿਹੰਗ ਸਿੰਘ ਘੋੜਿਆਂ ਅਤੇ ਹਾਥੀਆਂ ਤੇ ਸਵਾਰ ਹੋ ਕੇ ਯੁੱਧ ਕਲਾ ਦੇ ਜੋਹਰ ਦਿਖਾਉਣਗੇ, ਘੋੜਸਵਾਰੀ ਅਤੇ ਨਿਜੇ ਬਾਜ਼ੀ ਵੀ ਹੋਵੇਗੀ। ਸੰਗਤ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸੈਂਟਰ ਤੇ ਸੂਬਾ ਸਰਕਾਰਾਂ ਦਖਲ ਅੰਦਾਜ਼ੀ ਨਾ ਕਰਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਵਧਾਈ ਸੰਦੇਸ਼ ਭੇਜਦਿਆਂ ਸਾਰੀ ਸਿੱਖ ਕੌਮ ਨੂੰ ਅੰਮ੍ਰਿਤਧਾਰੀ ਹੋ ਕੇ ਖਾਲਸੇ ਵਿਰਾਸਤ ਦੇ ਵਾਰਿਸ ਬਣ ਦਾ ਸੱਦਾ ਦਿੱਤਾ ਹੈ। ਸ਼੍ਰੀ ਕਾਲ ਤਖਤ ਸਾਹਿਬ ਦੀ ਇਤਿਹਾਸਿਕ ਫਸੀਲ ਤੋਂ ਸੰਬੋਧਨ ਕਰਦਿਆਂ ਗਿਆਨੀ ਰਗਵੀਰ ਸਿੰਘ ਨੇ ਸਿੱਖ ਭਾਈਚਾਰੇ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ 71 ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹਕੂਮਤਾਂ ਦੇ ਵੱਲੋਂ 1978 ਦੀ ਵਿਸਾਖੀ ਵਾਲੇ ਦਿਨ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੇ ਅਸੈਂਡ ਯੋਗ ਹਮਲੇ ਤੋਂ ਸ਼ੁਰੂ ਕੀਤਾ ਗਿਆ ਸਿੱਖਾਂ ਦਾ ਕਾਹਨ ਕਰਨ ਦਾ ਸਿਲਸਿਲਾ ਅੱਜ ਤੱਕ ਬਾਦ ਦਸਤੂਰ ਜਾਰੀ ਹੈ ਤੇ ਹਕੂਮਤ ਦੀ ਜ਼ਬਰ ਜ਼ਬਰ ਦਾ ਮੁਕਾਬਲਾ ਆਪਸੀ ਏਕਤਾ ਤੇ ਇਤਿਫਾਕ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਅੱਜ ਦੇ ਦਿਨ 325 ਸਾਲ ਪਹਿਲਾਂ ਇਸ ਖਾ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਸੀ ਖਾਲਸਾ ਪੰਥ ਦਾ 325 ਸਾਲਾ ਸਿਰਜਣਾ ਦਿਵਸ ਅੱਜ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਗੁਰੂ ਪੂਰੋ ਪਿਆਰਿਓ ਅੱਜ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਹੈ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਵੀ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾ ਰਹੀਆਂ ਨੇ ਖਾਲਸਾ ਸਾਜਣਾ ਦਿਵਸ ਦੀ 325 ਸਾਲਾਂ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੰਮ੍ਰਿਤ ਛਕिए ਅੰਮ੍ਰਿਤ ਛਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਫਿਰ ਤੋਂ ਸਮੁੱਚੇ ਖਾਲਸਾ ਪੰਥ ਨੂੰ ਖਾਲਸਾ ਪੰਥ ਦੇ 325 ਸਾਲਾਂ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੱਲ ਦੇ ਦਿਨ ਦੇ ਲਈ ਜਿਹੜੇ ਸੰਗਤ ਨੂੰ ਦੋ ਸੁਨੇਹੇ ਕੱਲੇ ਗਏ ਸੀ ਉਸ ਦੀ ਵੀ ਸੰਗਤਾਂ ਨੇ ਪੂਰੀ ਪਾਲਣਾ ਕੀਤੀ ਹਰ ਸਿੱਖ ਨੂੰ ਆਪਣੇ ਘਰਾਂ ਤੇ ਕੇਸਰੀ ਝੰਡੇ ਚਲਾਉਣ ਅਤੇ ਤੜਕੇ 9 ਵਜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 5 ਮਿੰਟ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜਿੱਥੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਘਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਉੱਥੇ ਹੀ ਸਿਆਸਤਦਾਨਾਂ ਨੇ ਵੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਮੂਲ ਮੰਤਰ ਦਾ ਜਾਪ ਤੇ ਵਾਹਿਗੁਰੂ ਸਿਮਰਨ ਤੜਕੇ 9 ਵਜੇ ਕੀਤਾ ਗਿਆ ਇਸੇ ਤਰ੍ਹਾਂ ਤਕਰੀਬਨ ਸਾਰੇ ਗੁਰੂ ਘਰਾਂ ਤੋਂ ਹੀ ਖਬਰ ਮਿਲੀ ਹੈ ਸ਼੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਗੈਨ ਰਗਵੀਰ ਸਿੰਘ ਨੇ ਵੀ ਆਪਣੇ ਘਰ ਦੀ ਛੱਤ ਤੇ ਕੇਸਰੀ ਨਿਸ਼ਾਨ ਚਲਾਇਆ ਐਸਪੀਸੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਮੂਹ ਦੇ ਵਿੱਚ ਖਾਲਸਾਈ ਝੰਡੇ ਚੁਲਾਏ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਸਪੀਸੀ ਦੇ ਮੁਲਾਜ਼ਮਾਂ ਨੇ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਸਿਕੌਮ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਪਟਿਆਲਾ ਤੋਂ ਐਮਪੀ ਮਹਾਰਾਣੀ ਪ੍ਰਨੀਤ ਕੌਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਪਤਨੀ ਹਰਸਿਮਰਤ ਕੌਰ ਬਾਦਲ ਦੀਆਂ ਵੀ ਆਪਣੇ ਘਰਾਂ ਤੇ ਕੇਸਰੀ ਝੰਡੇ ਚਲਾਉਂਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਖਾਲਸਾ ਸਿਰਜਣਾ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਦ ਆਮਾ ਦੇ ਦਰਸ਼ਨਾਂ ਲਈ ਵੀ ਕੱਲ ਸਿੱਖ ਸੰਗਤ ਦਾ ਜਥਾ ਅਟਾਰੀ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਇਆ ਭਾਰਤੀ ਜਥੇਦਾਨ ਪਾਕਿਸਤਾਨ ਪਹੁੰਚਣ ਤੇ ਕਟਗੜੀਤੀ ਮਾਮਲਿਆਂ ਦੇ ਸੁਪਾਈ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਸਮੇਤ ਹੋਰ ਵੱਡੇ ਲੀਡਰਾਂ ਨੇ ਸਵਾਗਤ ਵੀ ਕੀਤਾ ਇਹ ਜਥਾ ਪਾਕਿਸਤਾਨ ਸਿੱਤ ਇਤਿਹਾਸਿਕ ਗੁਰੂਤਾ ਮੰਦir ਦਰਸ਼ਨ ਤੋਂ ਬਾਅਦ 22 ਅਪ੍ਰੈਲ ਨੂੰ ਵਾਪਸ ਮੁਲਕ ਪਹੁੰਚੇਗਾ 13 ਅਪ੍ਰੈਲ 1699 ਦੀ ਵਿਸਾਖੀ ਨੂੰ ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਕਸਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਿਆ ਸੀ ਉਥੇ ਹੀ 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਦਾ ਸ਼ਹੀਦੀ ਸਾਕੇ ਆ ਵੀ ਵਾਪਰਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ નિર્ਦੋਸ਼ ਭਾਰਤੀ ਲੋਕਾਂ ਨੂੰ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸ਼ਾਮਲ ਸਨ ਉਹਨਾਂ ਨੂੰ ਅੰਗਰੇਜ਼ ਹਕੂਮਤ ਨੇ ਖਤਮ ਕਰ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਪਤੀ ਦਰੋਪਦੀ ਮੁਰਮੂ ਸਮੇਤ ਹੋਰ ਲੀਡਰਾਂ ਨੇ ਜਲਿਆਂਵਾਲੇ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਲੋਕ ਸਭਾ ਚੋਣ ਖਬਰਾਂ ਦੀ ਗੱਲ ਕਰ ਲਈਏ ਤਾਂ ਬੀਜੇਪੀ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ ਜਿਸ ਨੂੰ ਬੀਜੇਪੀ ਸੰਕਲਪ ਪੱਤਰ ਕਹਿੰਦੀ ਹੈ ਕਾਂਗਰਸ ਦੇ ਵੱਲੋਂ ਪਿਛਲੇ ਦਿਨੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਕੱਲ ਕਾਂਗਰਸ ਲੀਡਰ ਰਾਹੁਲ ਗਾਂਧੀ ਬਸਤਰ ਪਹੁੰਚੇ ਹੋਏ ਸਨ ਜਿੱਥੇ ਰਾਹੁਲ ਗਾਂਧੀ ਨੇ ਫੇਰ ਦੁਹਰਾਇਆ ਕਿ ਜੇ ਕਾਂਗਰਸ ਸੈਂਟਰ ਦੀ ਸੱਤਾ ਵਿੱਚ ਆਈ ਤਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ ਤੇ ਜਾਤੀ ਜਨਗਣਨਾ ਵੀ ਕੀਤੀ ਜਾਏਗੀ ਉਧਰ ਕਾਂਗਰਸ ਨੇ ਪੰਜਾਬ ਸਣੇ ਚਾਰ ਸੂਬਿਆਂ ਦੇ ਲਈ ਉਮੀਦਵਾਰਾਂ ਦੇ ਨਾਮ ਤੈਅ ਕਰ ਦਿੱਤੇ ਨੇ ਆਕਾਲੀ ਦਲ ਨੇ ਤਾਂ ਕੱਲ ਭਾਵੇਂ ਖਾਲਸਾ ਸਿਰਜਣਾ ਦਿਹਾੜੇ ਮੌਕੇ ਆਪਣੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜੋ ਕਿ ਜ਼ਿਆਦਾਤਰ ਹੈਰਾਨ ਕਰਨ ਵਾਲੀ ਹੀ ਨਿਕਲੀ ਕਾਂਗਰਸ ਨੇ ਵੀ ਕੱਲ ਦੇ ਦਿਨ ਸੂਚੀ ਜਾਰੀ ਕਰਨ ਦਾ ਐਲਾਨ ਤਾਂ ਨਹੀਂ ਕੀਤਾ ਸੀ ਪਰ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਐਲਾਨ ਕਰ ਦਿੱਤਾ ਜਾਵੇਗਾ ਪੰਜਾਬ ਦੇ ਲਈ ਕਿਉਂਕਿ ਪੰਜਾਬ ਲਈ ਹਾਲੇ ਇੱਕ ਵੀ ਨਾਮ ਕਾਂਗਰਸ ਨੇ ਨਹੀਂ ਐਲਾਨਿਆ ਪਰ ਹੁਣ ਪਤਾ ਲੱਗਿਆ ਕਿ ਚਾਰ ਸੂਬਿਆਂ ਦੇ ਲਈ ਪੰਜਾਬ ਸਮੇਤ ਉਮੀਦਵਾਰਾਂ ਦੇ ਨਾਮ ਤੈਅ ਕਰ ਦਿੱਤੇ ਗਏ ਨੇ ਚੰਡੀਗੜ੍ਹ ਤੋਂ ਨੀਸ਼ ਦਿਵਾੜੀ ਦਾ ਨਾਮ ਫਾਈਨਲ ਹੋ ਚੁੱਕਿਆ ਯਾਨੀ ਕਿ ਇਥੋਂ ਪਵਨ ਕੁਮਾਰ ਬਾਂਸਲ ਦੀ ਟਿਕਟ ਕੱਟ ਦਿੱਤੀ ਗਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਦੱਸਿਆ ਕਿ ਪਾਰਟੀ ਨੇ 7 ਤੋਂ ਲੈ ਕੇ 8 ਸੀਟਾਂ ਦੇ ਲਈ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਛੇਤੀ ਐਲਾਨ ਕੀਤਾ ਜਾਵੇਗਾ ਦਿਵਾੜੀ ਮੌਜੂਦਾ ਸਮੇਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਐਮਪੀ ਹਨ ਤੇ ਐਤਕੀ ਉਹ ਚੰਡੀਗੜ੍ਹ ਤੋਂ ਚੋਣ ਲੜਨਾ ਚਾਹੁੰਦੇ ਸੀ ਹਾਲਾਂਕਿ ਇਥੇ ਪਵਨ ਕੁਮਾਰ ਬਾਂਸਲ ਵੀ ਟਿਕਟ ਦੇ ਵੱਡੇ ਦਾਵੇਦਾਰ ਸਨ ਮਜ਼ਬੂਤ ਦਾਵੇਦਾਰ ਸਨ ਪਰ ਕਾਂਗਰਸ ਨੇ ਮਨੀਸ਼ ਦਿਵਾੜੀ ਨੂੰ ਹੀ ਕਹਿੰਦੇ ਚੁਣ ਲਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਜਿੱਥੇ ਭਾਜਪਾ ਨੇ ਕੰਗਿਆ ਰਣਾਉਤ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ, ਉੱਥੇ ਵਿਕਰਮਾ ਦਿੱਤਿਆ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਪਿਛਲੇ ਸਮੇਂ ਤੋਂ ਵਿਕਰਮਾ ਦਿੱਤਿਆ ਸਿੰਘ ਲਗਾਤਾਰ ਇੱਥੇ ਭਖੇ ਵੀ ਹੋਏ ਹਨ। ਇਹ ਸਾਬਕਾ ਮੁੱਖ ਮੰਤਰੀ ਵੀਰਪੱਤਰ ਸਿੰਘ ਦੇ ਪੁੱਤ ਹਨ। ਕਾਂਗਰਸ ਨੇ ਕੁੱਲ ਮਿਲਾ ਕੇ 16 ਉਮੀਦਵਾਰਾਂ ਦੇ ਨਾਮ ਕੱਲ ਫਾਈਨਲ ਕਰ ਲਏ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਰਾਖਵੀ ਸੀਟ ਤੋਂ ਉਤਾਰਨ ਦਾ ਪੂਰਾ ਪੱਕਾ ਮਨ ਬਣਾ ਲਿਆ ਤੇ ਪਟਿਆਲਾ ਤੋਂ ਵੀ ਡਾਕਟਰ ਧਰਮਵੀਰ ਗਾਂਧੀ ਹੀ ਹੋਣਗੇ ਭਾਵੇਂ ਇੱਥੇ ਟਕਸਾਲੀ ਕਾਂਗਰਸੀ ਗਾਂਧੀ ਦਾ ਵਿਰੋਧ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ 7 ਤੋਂ ਉਮੀਦਵਾਰਾਂ ਦੀ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਹੈ ਉਹਦੇ ਵਿੱਚ ਬਠਿੰਡੇ ਸੀਟ ਦਾ ਐਲਾਨ ਹੀ ਨਹੀਂ ਕੀਤਾ ਗਿਆ ਹਰਸਿਮਰਤ ਕੌਰ ਬਾਦਲ ਦਾ ਨਾਮ ਨਾ ਹੋਣ ਤੇ ਲੋਕ ਹੈਰਾਨ ਨੇ ਸੂਚੀ ਵਿੱਚ ਦੋ ਹਿੰਦੂ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤ ਪਰਮਿੰਦਰ ਸਿੰਘ ਢੀਂਡਸਾ ਦੀ ਥਾਂ ਤੇ ਇਕਬਾਲ ਸਿੰਘ ਝੁੰਦਾ ਨੂੰ ਚੁਣਿਆ ਗਿਆ ਹੈ। ਹਰਸਿਮਤ ਕੌਰ ਬਾਦਲ ਦਾ ਨਾਮ ਸੂਚੀ ਵਿੱਚ ਨਾ ਹੋਣ ਕਰਕੇ ਅਕਾਲੀ ਦਲ ਪਾਰਟੀ ਦੇ ਲੀਡਰ ਵੀ ਹੈਰਾਨ ਰਹਿ ਗਏ ਵਰਕਰ ਵੀ ਹੈਰਾਨ ਸਨ ਤੇ ਸਾਰਾ ਦਿਨ ਇੱਕ ਦੂਸਰੇ ਤੋਂ ਕਨਸੋਆਂ ਲੈਂਦੇ ਰਹੇ ਕਿ ਆਖਿਰਕਾਰ ਹੋਇਆ ਕੀ ਹੈ। ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕੱਲ ਮਾਨਸਾ ਤੋਂ ਐਸਜੀਪੀਸੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਨੇਕੇ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਜਿਸ ਨੇ ਚਰਚਾ ਛੇੜ ਦਿੱਤੀ ਹੈ। ਮਨਿਆ ਜਾ ਰਿਹਾ ਹੈ ਕਿ ਐਸਜੀਪੀਸੀ ਮੈਂਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਸਕਦੇ ਨੇ ਦਰਅਸਲ ਕਾਨਕੇਸ਼ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਹੋ ਕੇ ਸੁਖਦੇਵ ਸਿੰਘ ਢੀਂਡਸਾ ਧੜੇ ਸੰਯੁਕਤ ਅਕਾਲੀ ਦਲ ਦੇ ਵਿੱਚ ਚਲੇ ਗਏ ਸਨ ਪਰ ਸੰਯੁਕਤ ਅਕਾਲੀ ਦਲ ਦਾ ਰਲੇਵਾ ਮੁਰਤੋਂ ਅਕਾਲੀ ਦਲ ਛੋ ਗਿਆ ਜਿਸ ਤੋਂ ਨਿਰਾਸ਼ ਹੋ ਕੇ ਕਾਨ ਨੇ ਘਰੇ ਬੈਠ ਗਏ ਸਨ ਤੇ ਹੁਣ ਇਸ ਮੁਲਾਕਾਤ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਪਰਮਿੰਦਰ ਸਿੰਘ ਢੀਂਸਾ ਨੂੰ ਟਿਕਟ ਨਾਂ ਦਿੱਤੇ ਜਾਂ ਤੇ ਸੰਗਰੂਰ ਦੀ ਸਿਆਸਤ ਦੇ ਵਿੱਚ ਵੀ ਘੁਸਰਮੋਸਰ ਹੋਣ ਲੱਗੀ ਹੈ ਐਨ ਕੇ ਸ਼ਰਮਾ ਨੂੰ ਉਮੀਦਵਾਰ ਐਲਾਨੇ ਜਾਂ ਤੇ ਡੇਰਾ ਬਸੀ ਦੇ ਜ਼ਿਆਦਾਤਰ ਵਾਸੀ ਕਹਿੰਦੇ ਬਾਗੋ ਬਾਗ ਨੇ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸਦਾ ਵਿਰੋਧ ਲਗਾਤਾਰ ਹੋ ਰਿਹਾ ਹੈ ਜੈਤੋ ਨੇੜਲੇ ਪਿੰਡ ਭਗਤਵਾਣਾ ਦੇ ਵਿੱਚ ਵਿਸਾਖੀ ਮੇਲੇ 'ਚ ਹਾਜ਼ਰੀ ਭਰਨ ਪਹੁੰਚੇ ਸੰਸਦ ਮੈਂਬਰ ਹੰਸਰਾਜ ਹੰਸਦਾ ਕਿਸਾਨਾਂ ਨੇ ਵਿਰੋਧ ਕੀਤਾ ਪਿੰਡ ਵਿੱਚ ਦਾਖਲ ਹੋਣ ਤੋਂ ਹੀ ਰੋਕ ਦਿੱਤਾ ਪਿੰਡ ਦੀ ਜੂਹ ਦੇ ਬਾਹਰੋਂ ਹੀ ਵਾਪਸ ਭੇਜ ਦਿੱਤਾ ਈਰਾਨ ਅਤੇ ਇਜ਼ਰਾਈਲ ਦੇ ਵਿੱਚ ਵਧੇ ਹੋਏ ਤਣਾਅ ਦਰਮਿਆਨ ਇੱਕ ਵੱਡੀ ਖਬਰ ਆ ਰਹੀ ਹੈ ਕਿ ਈਰਾਨ ਨੇ 17 ਭਾਰਤੀਆਂ ਵਾਲਾ ਇਜ਼ਰਾਈਲੀ ਬੇੜਾ ਜ਼ਬਤ ਕਰ ਲਿਆ ਹੈ ਅਤੇ ਨਾਗਰਿਕਾਂ ਦੀ ਸੁਰੱਖਿਅਤ ਰਿਹਾਈ ਦੇ ਲਈ ਭਾਰਤ ਈਰਾਨ ਦੇ ਸੰਪਰਕ ਦੇ ਵਿੱਚ ਹੈ ਇਰਾਨ ਦੇ ਨੀਮ ਫੌਜੀ ਬਲ ਰੈਵੋਲੂশনারੀ ਗਾਰਡਸ ਦੇ ਕਮਾਂਡੋਆਂ ਨੇ ਹਾਰਮੂਜ਼ ਜਲ ਦਮਰੂ ਦੇ ਨੇੜੇ ਐਮ ਐਸ ਸੀ ਏਰੀਜ਼ ਕੰਪਨੀ ਦੇ ਇਜ਼ਰਾਈਲ ਨਾਲ ਸੰਬੰਧਿਤ ਜਹਾਜ਼ ਜ਼ੋਡੀਅਕ ਮੈਰੀਟਾਈਮ ਤੇ ਛਾਪਾ ਮਾਰ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪਤਾ ਲੱਗਿਆ ਕਿ ਜਹਾਜ਼ ਤੇ ਸਵਾਰ ਅਮਲੇ ਦੇ 25 ਮੈਂਬਰਾਂ ਵਿੱਚੋਂ 17 ਭਾਰਤੀ ਮਲਾਹ ਨੇ ਈਰਾਨ ਵੱਲੋਂ ਬੇੜੇ ਤੇ ਕੀਤੇ ਗਏ ਕਬਜ਼ੇ ਤੋਂ ਬਾਅਦ ਉਸ ਤੇ ਸਵਾਰ 17 ਭਾਰਤੀਆਂ ਦੀ ਸੁਰੱਖਿਆ ਦੇ ਲਈ ਮੋਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਸੀਂ ਸਰਗਰਮ ਹਾਂ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਦੀ ਸੁਰੱਖਿਅਤ ਰਿਹਾਈ ਦੇ ਲਈ ਗੱਲਬਾਤ ਕਰ ਰਹੇ ਹਾਂ ਫੌਰੀ ਰਿਹਾਈ ਦੇ ਲਈ ਤਹਿਰਾਨ ਤੇ ਦਿੱਲੀ ਸਥਿਤ ਡਿਪਲੋਮੈਟਿਕ ਚੈਨਲਾਂ ਦੇ ਰਾਹੀਂ ਈਰਾਨੀ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਮੋਦੀ ਸਰਕਾਰ ਬਣੀ ਹੋਈ ਹੈ ਇਸ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਈਰਾਨ ਨੂੰ ਸੁਨੇਹਾ ਭੇਜਿਆ ਹੈ ਕਿ ਇਜ਼ਰਾਈਲ ਤੇ ਹਮਲਾ ਕਰਨ ਦੀ ਗਲਤੀ ਨਾ ਕਰੇ ਕਿਉਂਕਿ ਅਮਰੀਕਾ ਇਜ਼ਰਾਈਲ ਦੇ ਨਾਲ ਖੜਾ ਹੈ ਜੋ ਬਾਈਡਨ ਨੇ ਖਦਸ਼ਜਤਾਇਆ ਹੈ ਕਿ ਈਰਾਨ ਸੀਰੀਆ ਦੇ ਵਿੱਚ ਆਪਣੇ ਵਣਜਦੂਤ ਕਰਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਛੇਤੀ ਹੀ ਇਜ਼ਰਾਈਲ ਤੇ ਹਮਲਾ ਕਰ ਸਕਦਾ ਹੈ। ਇਸੇ ਕਰਕੇ ਅਮਰੀਕਾ ਨੇ ਪਰਸੋਂ ਇਜ਼ਰਾਈਲ ਤੇ ਈਰਾਨ ਦੇ ਵਿੱਚ ਸਥਿਤ ਆਪਣੇ ਜਿਹੜੇ ਮੁਲਾਜ਼ਮ ਨੇ ਜਿਹੜੇ ਦੂਤ ਨੇ ਉਹਨਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਭਾਰਤ ਨੇ ਵੀ ਈਰਾਨ ਤੇ ਇਜ਼ਰਾਈਲ ਦੇ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ ਤੇ ਜਿਹੜੇ ਟੂਰਿਸਟ ਵੀਜ਼ੇ ਤੇ ਜਾਂ ਫਿਰ ਕਿਸੇ ਵੀ ਵੀਜ਼ੇ ਤੇ ਉੱਥੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਹਾਲ ਦੀ ਘੜੀ ਜਾਣ ਤੋਂ ਰੋਕਿਆ ਗਿਆ ਹੈ। ਦਰਅਸਲ 1 اپریل ਨੂੰ اسرائیل ਨੇ ایران ਦੇ ਵਿੱਚ ਜਿਹੜਾ ਹਮਲਾ ਕੀਤਾ ਸੀ ਉਸ ਵਿੱਚ ایران ਦੇ ਇੱਕ ਚੋਟੀ ਦੇ ਕਮਾਂਡਰ ਸਣੇ 12 ਜਣੇ ਖਤਮ ਕਰ ਦਿੱਤੇ ਗਏ ਸਨ ਜਿਸ ਤੋਂ ਬਾਅਦ ایران ਗੁੱਸੇ ਵਿੱਚ ਹੈ ਇਰਾਨ ਦੀ ਸਰਕਾਰੀ ਖਬਰ ਏਜੰਸੀ ਇਰਨਾ ਨੇ ਵੀ ਇਹ ਜਹਾਜ਼ ਕਬਜ਼ੇ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ ਨੇ ਸਭ ਤੋਂ ਪਹਿਲਾਂ ਹਮਲੇ ਦੀ ਜਾਣਕਾਰੀ ਦਿੱਤੀ ਸੀ ਉਹਨਾਂ ਕਿਹਾ ਕਿ ਜਹਾਜ਼ ਤੇ ਹਮਲਾ ਅਮੀਰਾਤੀ بندرਗਾਹ ਸ਼ਹਿਰ ਫੁਜੈਰਾ ਨੇੜੇ ਓਮਾਨ ਦੀ ਖਾੜੀ ਵਿੱਚ ਹੋਇਆ ਹੈ ਹਮਲੇ ਦਾ ਵੀਡੀਓ ਵੀ ਨਸ਼ਰ ਹੋਇਆ ਜਿਸ ਵਿੱਚ ਇਰਾਨ ਦੇ ਕਮਾਂਡੋ ਜਹਾਜ਼ ਦੇ ਕੰਟੇਨਰਾਂ ਤੇ ਬੈਠੇ ਦਿਖਾਈ ਦੇ ਰਹੇ ਨੇ ਜਹਾਜ਼ ਦੇ ਹਮਲੇ ਦਾ ਇੱਕ ਮੈਂਬਰ ਇਹ ਆਖਦਾ ਵੀ ਸੁਣਾਈ ਦਿੰਦਾ ਹੈ ਕਿ ਬਾਹਰ ਨਾ ਆਇਓ ਹੋਰ ਕਮਾਂਡੋ ਆਉਣ ਤੋਂ ਬਾਅਦ ਉਹ ਆਪਣੇ ਸਾਥੀਆਂ ਨੂੰ ਵੇੜੇ ਦੇ ਅੰਦਰਲੇ ਪਾਸੇ ਜਾਣ ਲਈ ਕਹਿੰਦਾ ਹੈ। ਈਰਾਨ ਦੇ ਕਮਾਂਡੋਆਂ ਨੇ ਛਾਪੇ ਦੇ ਲਈ ਸੋਵੀਅਤ ਯੁੱਗ ਦੇ ਐਮਆਈ 17 ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਉਧਰ ਲੁਫਤਾਨਸਾ 에ਅਰਲਾਈਨ ਕੰਪਨੀ ਨੇ ਵੀ ਫ੍ਰੈਂਕਫਰਟ ਤੇ ਤਹਿਰਾਨ ਵਿਚਾਲੇ ਉਡਾਣਾ ਹਲੇ ਕੁਝ ਹੋਰ ਸਮੇਂ ਲਈ ਮੁਅਤਲ ਕਰ ਦਿੱਤੀਆਂ ਨੇ। ਡੱਚ 에ਅਰਲਾਈਨ KLM ਨੇ ਵੀ ਕਿਹਾ ਹੈ ਕਿ ਇਹਨਾਂ ਦੇ ਜਹਾਜ਼ ਈਰਾਨ ਜਾਂ ਇਜ਼ਰਾਈਲ ਉੱਤੋਂ ਨਹੀਂ ਉੱਡਣਗੇ। ਇਨਾ ਤਣਾਪੂਰਨ ਹਾਲਾਤਾਂ ਦਰਮਿਆਨ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਸਰਾਈਲ ਕੌਟਸ ਨੇ ਕਿਹਾ ਕਿ ਈਰਾਨ ਡਕੈਤੀ ਦੇ ਹੱਥਕੰਡੇ ਅਪਣਾ ਰਿਹਾ ਹੈ ਉਸਤੇ ਜਹਾਜ਼ਾਂ ਤੇ ਹਮਲੇ ਲਈ ਪਾਬੰਦੀਆਂ ਲਾਈਆਂ ਜਾਣੀਆਂ ਚਾਹੀਦੀਆਂ ਨੇ ਸੋ ਦੁਨੀਆ ਦੇ ਵਿੱਚ ਦੋ ਲੜਾਈਆਂ ਤਾਂ ਪਹਿਲਾਂ ਹੀ ਲੱਗੀਆਂ ਹੋਈਆਂ ਨੇ ਯੂਕਰੇਨ ਤੇ ਰੂਸ ਦੀ ਜੰਗ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਇਜ਼ਰਾਈਲ ਅਤੇ ਗਾਜ਼ਾ ਦੇ ਵਿੱਚ ਜੋ ਮਨੁੱਖੀ ਤਬਾਹੀ ਹੋ ਰਹੀ ਹੈ ਉਹ ਵੀ ਅਸੀਂ ਸਾਰੇ ਦੇਖ ਰਹੇ ਹਾਂ ਹੁਣ ਤੀਸਰੀ ਜੰਗ ਹੈ ਜਿਹੜੀ ਇਜ਼ਰਾਈਲ ਅਤੇ ਈਰਾਨ ਦੇ ਵਿੱਚ ਲੱਗ ਸਕਦੀ ਹੈ ਤੇ ਵਿਸ਼ਵ ਯੁੱਧ ਦਾ ਖਤਰਾ ਵੀ ਬਣਿਆ ਹੋਇਆ ਹੈ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨਾਂ ਦੇ ਸੰਘਰਸ਼ ਨੂੰ ਕੱਲ 2 ਮਹੀਨੇ ਮੁਕੰਮਲ ਹੋ ਗਏ ਕਿਸਾਨਾਂ ਨੇ 13 ਫਰਵਰੀ ਨੂੰ ਇਹਨਾਂ ਦੋਵੇਂ ਬਾਰਡਰਾਂ ਰਾਹੀਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਦੀ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਸੀ ਇਸ ਦਰਮਿਆਨ ਕਾਫੀ ਕੁਝ ਹੋਇਆ ਤੇ ਕੱਲ ਖਾਲਸਾ ਸਿਰਜਣਾ ਦੇ ਪਵਿੱਤਰ ਦਿਹਾੜੇ ਮੌਕੇ ਮੋਰਚਿਆਂ ਤੇ ਕਿਸਾਨਾਂ ਵੱਲੋਂ ਸਮਾਗਮ ਕਰਵਾਏ ਗਏ ਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਕੱਲ 15 ਅਪ੍ਰੈਲ ਨੂੰ ਦੋਵੇਂ ਮੋਰਚਿਆਂ ਦੀ ਸਾਂਝੀ ਮੀਟਿੰਗ ਹੋਵੇਗੀ ਤੇ ਨਵੀਂ ਰਣਨੀਤੀ ਉਲੀਕੀ ਜਾਵੇਗੀ। ਇਸ ਦਾ ਐਲਾਨ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ। ਕੱਲ ਵਿਸਾਖੀ ਮੌਕੇ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਣ ਦਾ ਪ੍ਰਣ ਵੀ ਲਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੇ ਆਧਾਰ ਤੇ ਗ੍ਰਿਫਤਾਰ ਕਿਸਾਨ ਲੀਡਰਾਂ ਅਨੀਸ਼ ਖਟਕੜ, ਨਵਦੀਪ ਸਿੰਘ, ਗੁਰਕੀਰਤ ਸਿੰਘ ਦੀ ਰਿਹਾਈ 16 ਅਪ੍ਰੈਲ ਤੱਕ ਹੋਣੀ ਹੈ। ਜੇ ਅਧਿਕਾਰੀ ਆਪਣੇ ਵਾਅਦੇ ਤੋਂ ਮੁੱਕਰ ਗਏ ਤਾਂ ਦੋਵੇਂ ਮੋਰਚਿਆਂ ਦੇ ਵੱਲੋਂ ਰਲ ਕੇ ਰੇਲਾ ਰੋਕੀਆਂ ਜਾਣਗੀਆਂ ਤੇ 15 ਅਪ੍ਰੈਲ ਨੂੰ ਖਨੌਰੀ ਬਾਰਡਰ ਤੇ ਦੋਵੇਂ ਮੋਰਚਿਆਂ ਦੇ ਲੀਡਰਾਂ ਦੀ ਸਾਂਝੀ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ। ਮਲੇਰਕੋਟਲਾ ਖੰਨਾ ਸੜਕ ਤੇ ਕੱਲ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ ਦੋ ਗੰਭੀਰ ਜ਼ਖਮੀ ਹੋ ਗਏ ਰਾਤ ਨੂੰ ਹੀ ਹਾਦਸਾ ਵਾਪਰਿਆ ਪਿੰਡ ਰਾਣਵਾ ਦੇ ਵਿੱਚ ਲੰਗੀ ਰਾਤ ਟਾਇਰ ਫਟਣ ਕਰਕੇ ਕਾਰ ਬੇਕਾਬੂ ਹੋ ਕੇ ਪਲਟ ਗਈ ਪਿੰਡ ਵਾਸੀਆਂ ਨੇ ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮਲੇਰ ਕੋਟਲਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੋ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਇੱਕ ਦੀ ਇਲਾਜ ਦੌਰਾਨ ਜਾਨ ਚਲੀ ਗਈ ਤੇ ਦੋ ਦੀ ਮੌਕੇ ਤੇ ਹੀ ਜਾਨ ਚਲੀ ਗਈ ਇਹ ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਸਵਾ 11 ਵਜੇ ਵਾਪਰਿਆ ਖੰਨੇ ਵਾਲੇ ਪਾਸੇ ਮਲੇਰ ਕੋਟਲਾ ਵੱਲ ਆ ਰਹੀ ਸਕੋਡਾ ਕਾਰ ਦਾ ਪਿੰਡ ਰਾਣਵਾ ਪਹੁੰਚ ਕੇ ਚਾਲਕ ਵਾਲੇ ਪਾਸੇ ਦਾ ਯਾਨਕੀ ਡਰਾਈਵਰ ਵਾਲੇ ਪਾਸੇ ਦਾ ਮੂਰਲਾ ਟਾਇਰ ਫਟ ਗਿਆ ਜਿਸ ਕਾਰਨ ਕਾਰ ਪਲਟਣੀਆਂ ਖਾਂਦੀ ਹੋਈ ਕਾਫੀ ਦੂਰ ਤੱਕ ਚਲੀ ਗਈ। ਕਾਰ ਚੋਂ ਚਾਰ ਨੌਜਵਾਨ ਬਾਹਰ ਸੜਕ ਤੇ ਡਾਗ ਗਏ। ਜਿਨ੍ਹਾਂ ਵਿੱਚੋਂ ਦੋ ਮੌਕੇ ਤੇ ਹੀ ਪ੍ਰਾਣ ਤਿਆਗ ਗਏ ਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿੱਚ ਸਿਮਰਨਜੀਤ ਸਿੰਘ 21 ਸਾਲ ਦਾ ਪਿੰਡ ਗੁਵਾਰਾ ਦਾ ਰਹਿਣ ਵਾਲਾ ਸੀ। ਰਤਨ ਮਲੇਰ ਕੋਟਲਾ ਦਾ ਰਹਿਣ ਵਾਲਾ ਸੀ। ਮਨਵੀਰ ਪਿੰਡ ਗੁਵਾਰਾ ਦਾ ਇੱਕ ਹੋਰ ਮਨਵੀਰ ਸਿੰਘ ਡੇਰਾਬਸੀ ਤੇ ਅਲੀ ਸ਼ਾਨ ਮੁਹੱਲਾ ਵੱਡਾ ਖਾਰਾ ਖੂਪੂਮਸੀ ਮਲੇਰ ਕੋਟਲਾ ਦਾ ਰਹਿਣ ਵਾਲਾ ਸੀ। ਇਨ੍ਹਾਂ ਵਿੱਚੋਂ ਦੋ ਮੁਸਲਮ ਨੌਜਵਾਨਾ ਉਮੀਰ ਰਤਨ ਤੇ ਅਲੀ ਸ਼ਾਨ ਨੂੰ ਕੱਲ ਸਪੁਰ ਦੇ ਖਾਕ ਕਰ ਦਿੱਤਾ ਗਿਆ ਜਦ ਕਿ ਸਿਮਰਨਜੀਤ ਸਿੰਘ ਦਾ ਪਿੰਡ ਗੁਵਾਰਾ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਦੋਵੇਂ ਮਨਵੀਰ ਸਿੰਘ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਸ਼ਹਿਰਾਂ ਦੇ ਵਿੱਚ ਪਲਾਟ ਤੇ ਪੈਸਿਆਂ ਤੇ ਮਹਿੰਗਾ ਵਿਆਜ ਦੇਣ ਦਾ ਝਾਂਸਾ ਦੇ ਕੇ 800 ਕਰੋੜ ਰੁਪਏ ਹੜੱਪਣ ਦੇ ਵਿਵਾਦਾਂ ਵਿੱਚ ਕਿ ਨੇਚਰ ਹਾਈਟਸ ਕੰਪਨੀ ਦਾ ਇੱਕ ਡਾਇਰੈਕਟਰ ਵੀ ਪੁਲਿਸ ਨੇ ਉੱਤਰਾਖੰਡ ਤੋਂ ਕਾਬੂ ਕਰ ਲਿਆ ਜਿਸ ਦੀ ਪਛਾਣ ਨੀਰਜ अरोੜਾ ਵਜੋਂ ਹੋਈ ਹੈ ਨੀਰਜ अरोੜਾ ਤੇ ਉਹਦੇ 80 ਹੋਰ ਸਾਥੀਆਂ ਨੇ ਰਲ ਕੇ ਨੇਚਰ ਹਾਈਟਸ ਕੰਪਨੀ ਬਣਾਈ ਸੀ ਤੇ ਇਹਨਾਂ ਨੇ 400 ਤੋਂ ਵੱਧ ਪਰਿਵਾਰਾਂ ਨੂੰ ਝਾਂਸਾ ਦੇ ਕੇ 800 ਕਰੋੜ ਰੁਪਏ ਹੜੱਪ ਲਏ ਤੇ ਫਿਰ ਰੂਪੋਸ਼ ਹੋ ਗਏ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ਤੇ ਨੇਚਰ ਹਾਈਟਸ ਦੇ ਅਹੁਦੇਦਾਰਾਂ ਤੇ ਹਿੱਸੇਦਾਰਾਂ ਖਿਲਾਫ ਠੱਗੀ ਮਾਰਨ ਧੋਖਾ ਦੇਣ ਅਮਾਨਤ ੜੱਪਣ ਤੇ ਜਾਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ਾਂ ਹੇਠ ਪੂਰੇ ਪੰਜਾਬ ਦੇ ਵਿੱਚ 107 ਪਰਚੇ ਦਰਜ ਹੋਏ 400 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਪੁਲਿਸ ਨੇ ਹੁਣ ਤੱਕ 65 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਕੰਪਨੀ ਦਾ ਡਾਇਰੈਕਟਰ ਨੀਰਜ ਅਰੋੜਾ ਫਰਾਰ ਸੀ ਗ੍ਰਿਫਤਾਰ ਕਰਕੇ ਇਹਨੂੰ ਕੱਲ ਹੀ ਡਿਊਟੀ ਮੈਜਿਸਟ੍ਰੇਟ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਪੁਲਿਸ ਇਸ ਤੋਂ ਪੁੱਛਗਿੱਛ ਕਰੇਗੀ ਅਜਿਹੇ ਵਿੱਚ ਪੀੜਤ ਲੋਕਾਂ ਦਾ ਇਹੀ ਸਵਾਲ ਹੈ ਕਿ ਕੀ ਉਹਨਾਂ ਦੇ ਠੱਗੇ ਹੋਏ ਪੈਸੇ ਵਾਪਸ ਮਿਲਣਗੇ ਪਰ ਜੇ ਪੰਜਾਬ ਸਰਕਾਰ ਕੰਪਨੀ ਦੀ ਜਾਇਦਾਦ ਕੁਰਕ ਕਰਨ ਦੇ ਵਿੱਚ ਸਫਲ ਹੁੰਦੀ ਹੈ ਤਾਂ ਪੀੜਤਾਂ ਨੂੰ ਉਹਨਾਂ ਦੇ ਪੈਸੇ ਵਾਪਸ ਮਿਲਣ ਦੀ ਆਸ ਵੱਧ ਸਕਦੀ ਹੈ